हेलो दोस्तों, कामयाबी दी एक शर्त हुंदी है। जिन्ना चिर तुसी कामयाब नहीं, तुहाडे कोल ज़्यादा शौहरत नहीं, जिन्ना चिर तुसी गुमनाम हो, तां तुहाडे होण जां ना होण नाल किसे नूं कोई बहुता फर्क नहीं पैंदा। पर जदों ही तुसी कामयाब हो गए, दुनिया 'च मशहूर हो गए, तां तुहाडे वैरी भी उन्ने ही बन जाणगे जिन्ने तुहानूं चाहुण वाले होणगे। ਉਵੇਂ ਹੀ ਆਪਣੇ ਸਾਰਿਆਂ ਦੇ ਚਹੇਤੇ ਸਿੱਧੂ ਮੂਸੇਵਾਲੇ ਦੀ ਕਾਮਯਾਬੀ ਤੇ ਸ਼ੌਹਰਤ ਦੀ ਕੀਮਤ ਉਹਨੂੰ ਤੇ ਉਹਦੇ ਮਾਂ ਪਿਓ ਨੂੰ ਭੁਗਤਣੀ ਪੈ ਰਹੀ ਹੈ। ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ, ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ। ਅੱਜ ਆਪਾਂ ਜੋ-ਜੋ ਵੀਡੀਓ ਵੇਖ ਰਹੇ ਹਾਂ ਉਹਦੇ ਮਾਂ ਪਿਓ ਦੀਆਂ, ਕਿ ਉਹ ਕਿੰਨੇ ਦੁਖੀ ਹੈ, ਕਿਵੇਂ ਰੋ ਰਹੇ ਹੈ, ਕਿਵੇਂ ਇੱਕ ਬਾਪ ਆਪਦੀ ਪੱਗ ਲਾ ਕੇ ਆਪਦੇ ਪੁੱਤ ਦੀ ਭੀਖ ਮੰਗ ਰਿਹਾ। ਤੇ ਆਪਣੇ ਸਾਰਿਆਂ ਦੇ ਦਿਲਾਂ 'ਚ ਇੱਕ ਸਵਾਲ ਵੀ ਆਉਂਦਾ ਹੈ ਕਿ ਇੱਕ ਅਜਿਹਾ ਮੁੰਡਾ ਜਿਹਨੇ ਮਿਡਲ ਕਲਾਸ ਫੈਮਿਲੀ ਤੋਂ ਹੁੰਦੇ ਹੋਏ ਵੀ ਇੰਨੇ ਥੋੜੇ ਵਕਫੇ ਦੇ ਵਿੱਚ ਇੰਨੀ ਸ਼ੋਹਰਤ ਹਾਸਲ ਕੀਤੀ, ਲੋਕਾਂ ਦੇ ਦਿਲਾਂ 'ਚ ਇੰਨਾ ਪਿਆਰ ਹਾਸਲ ਕੀਤਾ, ਆਖਿਰ ਉਹਨੂੰ ਮਾਰ ਕੇ ਇੱਕ ਮਾਂ ਕੋਲੋਂ ਉਹਦਾ ਪੁੱਤ ਖੋ ਕੇ ਕਿਸੇ ਨੂੰ ਕੀ ਹਾਸਲ ਹੋ ਜਾਊਗਾ। ਇਸ ਰਾਜ ਤੋਂ ਪਰਦਾ ਤਾਂ ਪਤਾ ਨਹੀਂ ਕਦੋਂ ਲੱਥਣਾ ਹੈ, ਕਿ ਇਹਦੇ ਪਿੱਛੇ ਸਰਕਾਰਾਂ ਦਾ ਹੱਥ ਹੈ ਜਾਂ ਉਹਦੇ ਕੋਈ ਦੁਸ਼ਮਣਾਂ ਦਾ ਹੱਥ ਹੈ। ਪਰ ਸਿੱਧੂ ਮੂਸੇਵਾਲੇ ਦੀ ਮੌਤ ਨੇ ਸਾਰੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ। ਮੂਸੇਵਾਲੇ ਨੂੰ ਚਾਹੁਣ ਵਾਲੇ ਸਿਰਫ ਪੰਜਾਬ ਵਿੱਚ ਹੀ ਨਹੀਂ, ਬਲਕਿ ਸਾਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਭਰਾ ਵੱਸਦੇ ਹੈ, ਸਾਰੇ ਹੀ ਉਹਦੀ ਮੌਤ ਦੀ ਖਬਰ ਨਾਲ ਟੁੱਟ ਚੁੱਕੇ ਹੈ। ਉਹਦੇ 'ਚ ਖਾਸ ਤੌਰ 'ਤੇ ਇੰਡੀਆ, ਕੈਨੇਡਾ, ਅਮੈਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ ਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਲੋਕ ਸ਼ਾਮਲ ਆ, ਜੋ ਸਿੱਧੂ ਮੂਸੇਵਾਲੇ ਨੂੰ ਤੇ ਉਹਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਆ। ਤੇ ਅੱਜ ਉਹ ਸਾਰੇ ਬਹੁਤ ਦੁਖੀ ਹੈ। ਬਾਲੀਵੁੱਡ ਤੇ ਹੋਰ ਸੂਬਿਆਂ ਦੇ ਲੋਕ ਜੋ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝ ਵੀ ਨਹੀਂ ਸਕਦੇ, ਉਹ ਵੀ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਸੁਣਦੇ ਸੀ, ਉਹਨੂੰ ਪਿਆਰ ਕਰਦੇ ਸੀ। ਹੁਣ ਹੋ ਸਕਦਾ ਹੈ ਕਿ ਸਿੱਧੂ ਨੂੰ ਗੈਂਗਸਟਰਾਂ ਨੇ ਮਾਰਿਆ ਹੋਵੇ ਜਾਂ ਕਿਤੇ ਸਰਕਾਰਾਂ ਦਾ ਕਸੂਰ ਹੋਵੇ, ਤੇ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਪਿਛਲੇ ਕੁਝ ਸਮੇਂ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਇਹਦਾ ਕਾਰਨ ਹੋ ਸਕਦਾ ਹੈ ਕਿ ਜਿਵੇਂ ਨਵੀਂ ਸਰਕਾਰ ਬਣੀ ਹੈ ਇਹ ਕਿਸੇ ਨੂੰ ਚੁੱਭ ਰਹੀ ਹੋਵੇ ਤੇ ਉਹ ਜਾਣ ਬੁੱਝ ਕੇ ਇਹ ਸਭ ਕਰ ਰਿਹਾ ਹੋਵੇ ਉਹ ਸਰਕਾਰ ਨੂੰ ਬਦਨਾਮ ਕਰਨ ਵਾਸਤੇ। ਇਹਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ, ਇਹ ਸਾਰੀਆਂ ਥਿਊਰੀਜ਼ ਹੈ। ਹੁਣ ਇਹਦਾ ਸੱਚ ਕੀ ਹੈ ਇਹ ਨਹੀਂ ਪਤਾ, ਤੇ ਜਿਵੇਂ ਪਹਿਲਾਂ ਵੀ ਕਈ ਵਾਰੀ ਹੋਇਆ ਇਦਾਂ ਦੇ ਮਾਮਲਿਆਂ 'ਚ ਕਦੇ ਸੱਚ ਸਾਹਮਣੇ ਵੀ ਨਹੀਂ ਆਉਂਦਾ। ਜਿਵੇਂ ਅੱਜ ਤਕਰੀਬਨ 35 ਸਾਲਾਂ ਬਾਅਦ ਵੀ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਚਮਕੀਲੇ ਦਾ ਕਾਤਲ ਕੌਣ ਆ। ਪਰ ਇੱਕ ਗੱਲ ਮੈਨੂੰ ਬਹੁਤ ਹੀ ਜ਼ਿਆਦਾ ਬੁਰੀ ਲੱਗੀ ਕਿ ਸਿੱਧੂ ਮੂਸੇਵਾਲੇ ਦੀ ਮੌਤ ਵੇਲੇ ਤੇ ਉਹਦੇ ਮੌਤ ਤੋਂ ਬਾਅਦ ਲੋਕ ਸਿੱਧੂ ਦੇ ਜ਼ਖਮੀ ਸਰੀਰ ਦੀਆਂ ਵੀਡੀਓ ਸ਼ੇਅਰ ਕਰ ਰਹੇ ਸੀ, ਕਿਵੇਂ ਉਹਦੀ ਗੱਡੀ ਦੀਆਂ ਵੀਡੀਓ ਪਾ ਰਹੇ ਸੀ ਤੇ ਕੋਈ ਉਹਦੇ ਆਸ-ਪਾਸ ਦੇ ਇਕੱਠ ਦੀਆਂ। ਇੱਕ ਤਾਂ ਬਹੁਤ ਹੀ ਸ਼ਰਮਨਾਕ ਵੀਡੀਓ ਸਾਹਮਣੇ ਆਈ ਸੀ, ਦੱਸਦੇ ਹੈ ਕਿ ਕੁਝ ਮੁੰਡੇ ਸਿੱਧੂ ਦੇ ਜ਼ਖਮੀ ਪਏ ਸਰੀਰ ਦੇ ਕੋਲ ਉਹਦੀ ਬਾਂਹ ਫੜ ਕੇ, ਜਿਹਦੇ ਉੱਤੇ ਉਹਨੇ ਟੈਟੂ ਬਣਾਏ ਹੋਏ ਸੀ, ਉਸ ਬਾਂਹ ਨੂੰ ਆਪਦੇ ਹੱਥ 'ਚ ਫੜ ਕੇ ਵੀਡੀਓ ਬਣਾ ਰਹੇ ਸੀ। ਹੁਣ ਤੁਸੀਂ ਆਪ ਹੀ ਸੋਚੋ ਕਿ ਇਹ ਸਾਡਾ ਪੰਜਾਬ ਆ, ਕਿ ਇਹ ਸਾਡੇ ਪੰਜਾਬੀਆਂ ਦੀ ਸੋਚ ਹੈ, ਕਿ ਹੁਣ ਸਾਡੀ ਜ਼ਮੀਰ ਖਤਮ ਹੋ ਗਈ ਆ ਕਿ ਅਸੀਂ ਇੱਕ ਜ਼ਖਮੀ ਇਨਸਾਨ ਦੀ ਮਦਦ ਕਰਨ ਦੀ ਬਜਾਏ ਉਹਦੀਆਂ ਵੀਡੀਓ ਬਣਾ ਰਹੇ ਹਾਂ। ਤੇ ਹੋ ਸਕਦਾ ਹੈ ਕਿ ਜੇ ਉਸ ਸਮੇਂ ਸਹੀ ਮੌਕੇ ਤੇ ਸਿੱਧੂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਸ਼ਾਇਦ ਉਹਦੀ ਜਾਨ ਬਚ ਜਾਂਦੀ, ਕਿਉਂਕਿ ਪੋਸਟਮਾਰਟਮ ਦੀ ਰਿਪੋਰਟ 'ਚ ਇਹ ਪਤਾ ਲੱਗਿਆ ਕਿ ਗੋਲੀਆਂ ਲੱਗਣ ਤੋਂ 15 ਮਿੰਟ ਬਾਅਦ ਉਹਦੀ ਮੌਤ ਹੋਈ ਸੀ ਤੇ ਜਿੱਥੇ ਹਮਲਾ ਹੋਇਆ ਸੀ ਉੱਥੋਂ ਹਸਪਤਾਲ ਦੀ ਦੂਰੀ 1 ਕਿਲੋਮੀਟਰ ਸੀ। ਸਹੀ ਸਮੇਂ 'ਤੇ ਮਦਦ ਮਿਲਦੀ ਤਾਂ ਸ਼ਾਇਦ ਇੱਕ ਮਾਂ ਦਾ ਪੁੱਤ ਬਚ ਜਾਂਦਾ। ਪਰ ਨਹੀਂ, ਸਾਡੇ ਅਣਖੀ ਪੰਜਾਬੀਆਂ ਲਈ ਉਹਦੀ ਮਦਦ ਕਰਨ ਤੋਂ ਜ਼ਿਆਦਾ ਵੀਡੀਓ ਬਣਾਉਣੀਆਂ ਜ਼ਰੂਰੀ ਸੀ। ਲੋਕਾਂ ਨੇ ਵੀਡੀਓ 'ਚ ਦਿਖਾਇਆ ਕਿ ਉਹਦੀ ਪੱਗ ਲਹਿ ਗਈ ਸੀ, ਵਾਲ ਖਿੱਲਰ ਗਏ ਸੀ, ਉਹਨਾਂ ਨੇ ਤਾਂ ਸਿੱਧੂ ਦੀ ਮੌਤ ਦਾ ਤਮਾਸ਼ਾ ਹੀ ਬਣਾ ਕੇ ਰੱਖਤਾ। ਹੁਣ ਮੈਂ ਉਹਨਾਂ ਲੋਕਾਂ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਜੋ ਉੱਥੇ ਉਹਦੀ ਮਦਦ ਕਰਨ ਦੀ ਬਜਾਏ ਉਹਦੀਆਂ ਵੀਡੀਓ ਬਣਾ ਰਹੇ ਸੀ, ਕਿ ਜੇ ਕੋਈ ਤੁਹਾਡਾ ਆਪਦਾ ਮਾਰਿਆ ਜਾਂਦਾ ਤਾਂ ਵੀ ਤੁਸੀਂ ਆਹੀ ਕੁਝ ਕਰਦੇ ਜਾਂ ਮੌਕੇ 'ਤੇ ਬਿਨਾਂ ਸਮਾਂ ਗਵਾਏ ਉਹਨੂੰ ਹਸਪਤਾਲ ਲਿਜਾਂਦੇ? ਇੱਕ ਵਾਰ ਇਹ ਸਵਾਲ ਉਹ ਲੋਕ ਆਪਣੇ ਆਪ ਤੋਂ ਜ਼ਰੂਰ ਪੁੱਛਣ ਜਿੱਥੇ ਇਹ ਹਮਲਾ ਹੋਇਆ। ਉਸ ਪਿੰਡ 'ਚ ਹਰ ਘਰ 'ਚ ਗੱਡੀਆਂ ਖੜੀਆਂ, ਕਿਸੇ ਕੋਲ 2-2 ਕਾਰਾਂ ਵੀ ਖੜੀਆਂ, ਪਰ ਲੋਕਾਂ ਨੇ ਤਮਾਸ਼ਾ ਵੇਖਣਾ ਸੀ, ਵੀਡੀਓ ਬਣਾਉਣੀਆਂ ਸੀ, ਉਹੀ ਜ਼ਰੂਰੀ ਸੀ। ਇਦਾਂ ਦੀ ਸੋਚ ਵਾਲੇ ਬੰਦੇ ਕਦੇ ਪੰਜਾਬੀ ਨਹੀਂ ਹੋ ਸਕਦੇ, ਕਿਉਂਕਿ ਪੰਜਾਬੀ ਸਾਰਿਆਂ ਦੀ ਮਦਦ ਕਰਨ ਲਈ ਤੇ ਲੰਗਰ ਲਾਉਣ ਲਈ ਸਾਰੀ ਦੁਨੀਆ 'ਚ ਮਸ਼ਹੂਰ ਹੈ। ਪੰਜਾਬੀ ਕੌਮ ਇਨਸਾਨੀਅਤ ਦੇ ਭਲੇ ਲਈ ਸੇਵਾ ਕਰਨ ਵਾਲੀ ਕੌਮ ਹੈ। ਪਰ ਇੱਕ ਸਵਾਲ ਅੱਜ ਵੀ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਹੈ ਕਿ ਕੀ ਸਾਡਾ ਰੰਗਲਾ ਪੰਜਾਬ ਅੱਜ ਸੇਫ ਹੈ ਜਾਂ ਨਹੀਂ, ਕਿ ਕੀ ਅੱਜ ਵੀ ਕੋਈ ਪੁੱਤ ਬਿਨਾਂ ਡਰੇ ਕਾਮਯਾਬ ਹੋ ਕੇ ਪੰਜਾਬ 'ਚ ਸੇਫ ਰਹਿ ਸਕਦਾ? ਹੁਣ ਸਾਰੇ ਮਾਪਿਆਂ ਦੇ ਦਿਲਾਂ 'ਚ ਖੌਫ ਹੈ ਕਿ ਆਪਦੇ ਜੰਮੇ ਜਾਇਆਂ ਨੂੰ ਆਪਦੇ ਪਰਿਵਾਰਾਂ ਤੋਂ ਦੂਰ ਫੋਰਨ 'ਚ ਭੇਜ ਦਿੱਤਾ ਜਾਵੇ, ਕਿਉਂਕਿ ਇੱਥੇ ਕੋਈ ਵੀ ਸੇਫ ਨਹੀਂ। ਇਹ ਸਵਾਲ ਅੱਜ ਹਰੇਕ ਮਾਂ ਪਿਓ ਦੇ ਦਿਲ 'ਚ ਹੈ। ਪਰ ਅਸੀਂ ਹਮੇਸ਼ਾ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਰਹਾਂਗੇ, ਉਹਦੇ ਗੀਤਾਂ ਨੂੰ ਸੁਣਦੇ ਰਹਾਂਗੇ, ਬਹੁਤ ਮਿਸ ਕਰਾਂਗੇ। ਰੱਬ ਰਾਖਾ। ਚੁੱਪ ਰਹਿ ਤੇਰੇ ਉੱਤੇ ਨੂਰ ਦੱਸਦਾ ਨਹੀਂ ਇਹਦਾ ਉਠੂਗਾ ਜਵਾਨੀ ਚਿੱਤ ਨਾ।